ਹਾਂਜੀ ਰਾਮ ਰਾਮ ਜੀ ਸਾਰਿਆਂ ਨੂੰ, ਕੀ ਕਮਾ ਰਹੇ ਹੋ? ਠੀਕ ਠਾਕ ਹੋ ਸਾਰੇ? ਆਪਣਾ ਬਗੀਚੇ ਕੀ ਸੈਰ ਸਾਰ ਕਰਵਾ ਦਿਆ? ਅੱਜ ਫਿਰ ਇੱਕ ਮਹੀਨਾ ਪਹਿਲਾਂ ਕਰਵਾਈ ਥੀ, ਇੱਕ ਬੇਬੇ ਕਹੀ ਥੀ ਬੇਲ ਬੇਲ ਦਿਖਾਈਏ ਬੇਬੇ ਥੋੜ੍ਹੀ ਜਿਹੀ ਦਿੱਖੀ ਵੀਡੀਓ ਮੈਂ ਤੋਂ ਟੈਕਟਰ ਵਾਲੀ ਵੀਡੀਓ ਥੀ ਨਾ ਜਬ ਦਿਖਾਈ ਥੀ ਤਾਂ ਉਰਾਂ ਤੋਂ ਇਹ ਪੇਡੇ ਥੇ ਇਸਕੇ ਬਤਾਊਂਗਾ ਕਿ ਆਰੀ ਅਮਰੂਦ ਥਾਰੀਏ ਹਾਂ ਬੇਲ ਵੱਡੀ ਹੋ ਗਈ ਬੇ ਜਬ ਤੋਂ ਛੋਟੀ ਛੋਟੀ ਥੀ ਆਰੀਆਂ ਕੀ ਕਾਕੜੀ ਆਰੀਏ ਬੋਲਣ ਜਿੰਨਾ ਹੁਣ ਕੀ ਲਾਗ ਵੀ ਰਹੇ ਹੈ ਇਹ ਦੇਖੋ ਉਡੜ ਉਡੜ ਔਰ ਤੋੜੀ ਬਿਲੀਏ ਗਣੀ ਔਰ ਫਿਰ ਇਹ ਹੁਣ ਕੀ ਤਰਬੂਜ਼ਾਂ ਕੀ ਸ਼ੁਰੂ ਮੈਂ ਤਾਂ ਸੋਚੀ ਉਸਕੀ ਸਹੀ ਹੈ ਚੱਪਲ ਕੱਦੂ ਕੀ ਫਿਰ ਮੈਂ ਚੱਪਲ ਕੱਦੂ ਕਾ ਰੰਗ ਤੋਂ ਹੈ ਰਿਹਾ ਉਹ ਹੈ ਕੱਚਾ ਹਰੀਏ ਸਨ ਥੋੜ੍ਹੇ ਕਾਲੇ ਕਾਲੇ ਸਿਰ ਨੂੰ ਤਾਰੀ ਸੀ ਸਨ ਲਾਈ ਸੀ ਇਹਨੂੰ ਮੈਂ ਖਾਈ ਉਹ ਡਲ ਕੇ ਹੋਊਂਗੇ ਲੈ ਕੇ ਬਤਾਵਾਂ ਥੋੜ੍ਹਾ ਛੋਟੇ ਛੋਟੇ ਔਰ ਆਪਣਾ ਸਬਜ਼ੀ ਬਣਾ ਰਿਹਾ ਸਬਜ਼ੀ ਬੜੀ ਆਪਣਾ ਇਹ ਸਖੀ ਰਿਹਾ ਕਿ ਜੋ ਖੀਰਾ ਲਟਕਣ ਲੱਗ ਰਿਹਾ ਔਰ ਫਿਰ ਇਹ ਉਰਾਨ ਫਿਰ ਆਰੀਆ ਕੀ ਸਰ ਔਰ ਤਿਉਰੀ ਹੈ ਕੀ ਸਰ ਦੋ ਬਿਲ ਫਿਰੀਏ ਉਰਾਨ ਸਰ ਆਰੀਏ ਤੋਲੇ ਤੋਲੇ ਲੱਗ ਗਈ ਇਹ ਜਿੱਬਾ ਵੱਡੇ ਹੋ ਜਾਂ ਇਹ ਸਾਰਿਆਂ ਕਾ ਨਾਲੇ ਤਾਂ ਉਰਾਨ ਲੱਗ ਰਹੀ ਇਹ ਔਰ ਸਾਈਡ ਕਾ ਨਹੀਂ ਜਿਹੜਾ ਮਛਿਆਂ ਕਾ ਸਾਈਡ ਸਰ ਇਸ ਪਰ ਬਸ ਉੱਪਰ ਕੋਈ ਲੱਠੀ ਬੜੀ ਬੜੀ ਲਾ ਕੇ ਨਾ ਔਰ ਉੱਪਰ ਚੜ੍ਹਾਉਣ ਖਾਤਰ ਨਾ ਰੱਖੀ ਹੀ ਤਾਂ ਫਿਰ ਇਹ ਤੋੜ ਦੇਖ ਕੇ ਨਾ ਨਾਲੀ ਕਹਾਣੀ ਆ ਗਈ ਥੀ ਮਿਲੇ ਤੋੜ ਲਟਕੇ ਮੇਰੇ ਕੀ ਸਹੀ ਹੈ ਖਰਬੂਜੇ ਤੋ ਨਾਲੀ ਕਹਾਣੀ ਲਟਕੇ ਸੀ ਨਰੇ ਬੜੇ ਬੜੇ ਹੋ ਰਹੇ ਹਰ ਪੂਰੇ ਇਹ ਦੇਖੀਏ ਕੋਡੜ ਕੋਡੜ ਲਟਕਣ ਸਰ ਕੋਈ ਦਸ਼ੀਆਂ ਲੱਗ ਰਹੀ ਹੈ ਇਤਨੇ ਵੱਡੇ ਮਖਾਈ ਵੱਡਿਆਂ ਪਾਸੇ ਤੋਂ ਦੁਖੀ ਕਰਾਂਗੇ ਕਿ ਉੱਪਰ ਚੜ੍ਹਾਂਗੇ ਉੱਪਰ ਤੋਂ ਕੋਈ ਚੜ੍ਹਾਈ ਹੈ ਮਖਾ ਨੀਚੇ ਕਰਨਾ ਪੜਾਗਾ ਕਿ ਮੈਂ ਸਿਸਟਮ ਇਨਕਾ ਮਖਾ ਫਿਰ ਯਾੜ ਦਿਖਾ ਕੇ ਨਾ ਫਿਰ ਚੱਲ ਪੜੀ ਥੀ ਮੈਨੂੰ ਡੇਰੀ ਕਾ ਬਰਾਬਰ ਕਾ ਨਹੀਂ ਆ ਮਸ਼ੀਨ ਖੜੀ ਥੀ ਬੁਆ ਰੱਖਣ ਵਾਲੀ ਅਰੇ ਟਰੈਕਟਰ ਖੜਿਆ ਥਾ ਬਾਈ ਥੀ ਧਰਤੀ ਉਰਾਂ ਨੂੰ ਫਿਰ ਆ ਗੋੜੀ ਖੜੀ ਹੈ ਨਹੀਂ ਹੁਣ ਰੋਟਾਵੇਟਰ ਖੜਿਆ ਹੈ ਕਲਟੀਵੇਟਰ ਖੜਿਆ ਕੋਈ ਕਿਤੇ ਕੋਈ ਕਿਤੇ ਨਹੀਂ ਫਿਰ ਰੱਖੇ ਸਾਰੇ ਫਿਰ ਉਹ ਟਰਾਂਸਫਾਰਮ ਨੀਚੇ ਗਏ ਜਾਣ ਲੱਗ ਗਈ ਥੀ ਇਸ ਤੋਂ ਪੁਰਾਣੇ ਨਿੰਬੂ ਖੜਿਆ ਹੈ ਵਾੜ ਬੋ ਰੱਖੀ ਫਿਰ ਆ ਇੱਕ ਲੀਗੀ ਆ ਗਈ ਇਸਕੀ ਫਿਰ ਸਪਰੇ ਮਾਰੀ ਪਹਿਲਾਂ ਤਾਂ ਇਸਕਾ ਫੁੱਲ ਲੱਗਣ ਗੰਦੇ ਹੋ ਜਾਂ ਲੱਗਣ ਗੰਦੇ ਹੋ ਜਾਂ ਰੀਬ ਤੋਂ ਛੋਟੀ ਛੋਟੀ ਲੱਗਣ ਲੱਗ ਹੀ ਗਿਆ ਵੀ ਫੁੱਲ ਵੀ ਗੰਦੇ ਕੋਈ ਨਹੀਂ ਹੁੰਦੇ ਸਪਰੇ ਲੱਗ ਗਿਆ ਪਾਸੇ ਇਹ ਦੇਖਿਆ ਇੱਕ ਛੋਟੀ ਜਿਹੀ ਦਿੱਖ ਸਰ ਹਰੀ ਹੈ ਵੀ ਫਿਰ ਮੈਨੂੰ ਸੈੱਟ ਕਹਾਣੀ ਚੜ੍ਹਾ ਰੱਖੀ ਹੈ ਉੱਪਰ ਚੜ੍ਹ ਜਾਏਗੀ ਬਲੈ ਸਾਰੀ ਨੀਚੇ ਜਗ੍ਹਾ ਕੋਈ ਨਹੀਂ ਘੁੰਡਾਂਗੀ ਇਤਨੀ ਜਾਂ ਮੋਰੀ ਹੈ ਤੋੜ ਮੱਛਾਂ ਕਾ ਮੂਤ ਮਾਤ ਆਣ ਕੇ ਅੱਗ ਫਿਰ ਖੇਤ ਵਾਲੀ ਨਾਲੀ ਨੂੰ ਕੱਢ ਰੱਖੀ ਹੈ ਔਰ ਫਿਰ ਇਹ ਪਾਲਕ ਸੁਰਮ ਬੋਈ ਤਿਆੜਾ ਕਸਤੂਰ ਮੇਥੀ ਵਾ ਜੰਮੀ ਕੋਨੀ ਇਹ ਪਾਲਿਆ ਕਰਦਣੀ ਆ ਸਰ ਇਹ ਬੋਏ ਸਨ ਔਰ ਇਹ ਹੋ ਰਹੀ ਸਨ ਭਿੰਡੀ ਬੜੀ ਬੜੀ ਹੋ ਰਹੀ ਇਹ ਵੀ ਤੋੜ ਲਈ ਥੀ ਇੱਕ ਸਬਜ਼ੀ ਕੀ ਤੋਂ ਕੱਲ ਸਾਂਝ ਕ ਇਹ ਦੇਖਣ ਲੱਗ ਰਹੀ ਮੈਂ ਤੜਕਾ ਹੀ ਔਰ ਛੋਟੀ 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 ਹੋਰ ਵੀ ਲੱਗ ਰਹੀ ਇਹ ਤੀਸਰਾ ਚੌਥੇ ਦਿਨ ਉਤਰਿਆ ਹਾਂ ਭਿੰਡੀ ਤੋਂ ਇੱਕ ਸਬਜ਼ੀ ਕੀ ਤੋਂ ਵੀ ਛੋਟਾ ਕੁੰਬਾ ਹੈ ਇੱਕ ਸਬਜ਼ੀ ਕਾ ਕੰਮ ਇਨ ਮਚਾ ਲੈ ਜਾ ਹੈ ਇਹ ਦੇਖ ਲਓ ਲੱਗ ਰਹੀ ਹਾਂ ਉਡੋ ਉਡੋ ਵੀ ਚੌਥੇ ਦਿਨ ਬੇਸਕ ਤੋੜ ਲਈ ਨਹੀਂ ਪਾਸੇ ਵੱਡੇ ਹੋਏ ਪਾਸੇ ਤਾਂ ਫਿਰ ਇਹ ਪੱਕ ਜਾ ਸਬਜ਼ੀ ਕੋਈ ਨਹੀਂ ਬਣਾ ਗਣੀ ਪੱਕਿਆ ਪਾਸੇ ਤੋਂ ਗਲੋ ਕੋਈ ਨਹੀਂ ਫਿਰ ਵਾ ਫਿਰ ਆ ਗਈ ਇੱਥੇ ਡੇਰੀ ਕੀ ਪਛੀ ਤੁਮ ਯਾੜ ਮਿਰਚਾਂ ਕੇ ਪੇਡੇ ਲਾਏ ਤੇ ਬਸ ਸੂਕ ਗਈ ਹਰੀਏ ਸਮ ਟਮਾਟਰਾਂ ਕੇ ਪੇਡੇ ਇਹ ਹੋ ਰਹੇ ਪੂਰੇ ਪੂਰੇ ਬੋਝੇ ਔਰ ਫੁੱਲ ਵੀ ਲੱਗਣ ਲੱਗ ਰਹੇ ਨਾ ਟਮਾਟਰ ਤੋਂ ਲੱਗ ਗਏ ਨਹੀਂ ਫੁੱਲ ਆ ਰਹੇ ਫਿਰ ਲੱਗਣ ਲੱਗ ਜਾਏਗੇ ਇਹ ਦੇਖ ਸਾਰੇ ਪੂਰੇ ਬੜੇ ਬੜੇ ਹੋ ਰਹੇ ਹੈ ਟਮਾਟਰਾਂ ਕੇ ਤਾਂ ਸਾਰਿਆਂ ਕਾ ਮੋਕਲੇ ਮੋਕਲੇ ਫੁੱਲ ਆ ਰਹੇ ਹੈ ਔਰ ਇਨ ਤਾਂ ਪਤਸੇ ਫਿਰ ਹੋਰ ਪੌਦ ਲਾਈ ਹੈ ਮਿਰਚਾਂ ਕੀ ਗਮ ਤਾਂ ਲੈ ਕੇ ਦੀ ਥੀ ਮੇਰਾ ਜੇਠ ਨਾ ਉਹਨੇ ਘਰਾਂ ਬਣਾ ਰੱਖੀ ਤੀ ਬੇਬੇ ਨੇ ਪਿਓ ਦਾ ਤਾਂ ਉਹ ਲਾਈ ਸੀ ਫਿਰ ਲੈ ਕੇ ਨਹੀਂ 10-15 ਪੇਡੇ ਟਮਾਟਰਾਂ ਕੇ ਤਾਂ ਇਹ ਪੂਰੀ ਮਿਰਚਾਂ ਕੇ ਇਹ 10-15 ਫਿਰ ਮਿਰਚਾਂ ਕੇ ਲਾ ਦੀਏ ਲੈ ਬੜੀਆ ਮਿਰਚਾਂ ਕੀ ਪਿਓ ਦੱਸਾਂ ਔਰ ਬੜੀਆ ਲਾਇਕ ਜਾਂਗੇ ਤਾਂ ਇਹ ਲਾਏ ਸੀ ਲੈ ਕੇ ਨਹੀਂ ਲੱਗਣਗੇ ਤਾਂ ਕਿਸੇ ਅੱਗੇ ਲੱਗਣਗੇ ਦੇਖੋ ਉਹ ਤਾਂ ਪਲੜੀ ਤਾਂ ਲੱਗ ਗਈ ਨਹੀਂ ਖਰਾਬ ਹੋ ਗਈ ਇਹ ਜੁਆਰ ਬੋ ਰੱਖੀ ਹੈ ਇਸ ਕਿਲਮ ਔਰ ਇਹ ਆ ਗਈ ਫਿਰ ਮੈਂ ਡੇਰੀ ਕੀ ਦੂਸਰੀ ਸਾਈਡ ਸਾਡਾ ਉਹ ਫਿਰ ਔਰ ਵੱਡਾ ਆ ਗਿਆ ਹੈ ਔਰ ਉਸਕਾ ਸਾਰਾ ਫਿਰ ਅੰਗੂਰ ਕੀ ਬੇਲ ਤਾਂ ਟਰੈਕਟਰ ਵਾਲੀ ਵੀਡੀਓ ਥੀ ਉਦਨੀ ਆ ਅੰਗੂਰ ਕੀ ਬੇਲ ਦੇਖੀ ਥੀ ਬੇਬੇ ਨਾੜ ਤਾਂ ਜਬ ਕੋਈ ਥੀ ਗਿਆ ਤਾਂ ਉਹਦੀ ਬੇਲ ਦੇਖਾ ਤੋ ਇਹ ਥੀ ਆੜ ਉਹ ਤਾਂ ਇਹਨੂੰ ਪਰਲੀ ਸਾਈਡ ਸਨ ਆੜ ਫਿਰ ਦੇਖਣ ਲੱਗ ਗਈ ਅੰਗੂਰ ਮਾਂਗੂਰ ਕੁਛ ਉੱਤੇ ਲੱਗ ਰਹੇ ਹੈ ਮੁੱਤੇ ਬਣੇ ਲੱਗ ਰਹੇ ਹੈ ਨਰੇ ਇਸ ਮੋਟੇ ਮੋਟੇ ਕੁੱਛੇ ਲਟਕੇ ਹੈ ਔਰ ਇਹ ਹੈ ਕਾਲੇ ਅੰਗੂਰ ਹੁਣ ਕੀ ਬੇਲ ਕਾਲੇ ਹੋ ਜਾਏ ਫਿਰ ਇਹ ਪੱਕਿਆ ਪਤਸ ਤਾਂ ਇਹ ਬਹੁਤ ਹੀ ਸਾਰੇ ਕੱਚੇ ਪੜੇ ਹੈ
पक जाएंगे जब, आज ही वो सारे मिल के खा लेंगे सारे ने, इतने से एकले तो खाए नहीं जाएंगे, बहुत गने लग रहे हैं। पूरी फैल रही है, जाल सा बना दिया है कोई इसका, लाठी लुठी से गाड़ के ना उनको ऊपर का तार तोड़ जेवड़ी जेवड़ी ने पूरी की ना, और मुखा नहीं आ नीचे नीचे फल लग जा रही। तो ये दाम सिर जगह बन गई इसकी भी, कितना ये कितना ये फैल लो, और अंगूर भी दाम लागे होंगे इसका सारी का, एक बार मोकड़े लाग रहे समा छका देंगे देश में आगे, क्योंकि अब पूरी बड्डी हो रही है फल में जगह को मिल रही थी, और जगह मिल गई और भी फैल जाएगी फालतू, नीचे का इसके लिए खाली जगह रहेगी ना, ताड़ा फिर कीड़ा कांडा का भय रंदा नीचे फैल दीजिए। ये अमरूद तो ही पूछ रही है मकाई समय भी पड़ेंगी, ये बेल इसके बिना कोई बात करें इसमें बढ़ी रहेंगी, अमरूद पर फिर ये तो अनार का नहीं भी जोड़ दिया बिना इधोड़ भी आ जाएगी, ये मखा सारा फैल जाएगी, तभी अनार का अनार लाग रही हूँ डोड़ो डोड़, इसका भी नरे तो फूल आ रहे हैं और नरे अनार लाग रहे हैं, और बढ़िया बना और मत थोड़े छोटे ही बड़े तो होंगे को नहीं के बात से, फिर हूँ मिठे पाऊँ थोड़ा जब, तो ये अनार लाग रहे हैं और फिर अनार अंत पत्सा आ गया है आड़ू, और आड़ू बड़े गाइड को हैं जो पहले अंत तो हो रहे हैं, फिर इतने ये उगली डाली तो सारी झुकी पड़ी हैं, इतने हो रहे हैं कसुत्ते ला के देसा बना के, तो वही ये थी छोटी सी बागबाड़ी, सारे राम राम। वीडियो में देख के लाइक करियो, चैनल में सब्सक्राइब करियो, कमेंट करके बताइयो इसी लागी बागबाड़ी मारी और बना सब।